और लाइव का मतलब तमाशा नहीं, खबर का मतलब है एक भरोसा, और आपका भरोसा हमारी जिम्मेदारी है। हाँ जी, की ना ਤੁਹਾਡਾ ਦੀ ਕਿੱਥੇ ਰਹਿਣ ਵਾਲੀ? ਨਾਮ ਨੀਸ਼ਾ ਹੈ ਜੀ, ਮੈਂ ਹੰਸਨਗਰ 9/1 ਚ ਰਹਿੰਦੇ ਆ ਅਸੀਂ। ਚਰਚ ਦੇ ਸਾਹਮਣੇ ਆਪਣਾ ਘਰ ਹੈਗਾ। ਸਾਡੀ ਵਾਰਦਾਤ ਹੋਈ ਹੈ, ਘਰੇ ਵੜ ਕੇ ਮੁੰਡਿਆਂ ਨੇ ਸਾਡੇ ਕੋਲੋਂ ਲੁੱਟ ਖੋ ਕੀਤੀ ਹੈ, ਨਾਲੇ ਸਾਨੂੰ ਸ਼ਰੇਆਮ ਰਾੜਾ ਨਾਲ ਡੰਡਿਆਂ ਨਾਲ ਮਾਰ ਕੇ ਗਏ ਆ। ਮੇਰੇ ਘਰ ਵਾਲੇ ਦਾ ਸਿਰ ਫਾੜਿਆ, ਮੇਰੇ ਫਾਦਰ ਇਨ ਲੋ ਦੀ ਬਾਹ ਤੋੜੀ ਹੈ ਇਹਨਾਂ ਨੇ। ਸ਼ਰੇਆਮ ਗੁੰਡਾਗਰਦੀ ਹੋਈ ਹੈ ਮਹੱਲੇ 'ਚ। ਪਹਿਲਾਂ ਸ਼ਾਮੀ ਇਹਨਾਂ ਨੇ 5:30 ਮੇਰੀ ਮੰਮੀ ਨੂੰ ਇਕੱਲੇ ਵੇਖ ਕੇ ਕੁੱਟਿਆ ਗਲੀ 'ਚ। ਉਸ ਤੋਂ ਬਾਅਦ ਜਦੋਂ ਅਸੀਂ ਮੌਕੇ 'ਤੇ ਪਹੁੰਚੇ ਆ, ਉਹਨਾਂ ਨੇ 15-20 ਨਸ਼ੇੜੀ ਹੋਰ ਮੁੰਡੇ ਇਕੱਠੇ ਕਰਕੇ ਨਾ, ਪਹਿਲਾਂ ਇਹਨਾਂ ਨੇ ਮਹੱਲੇ 'ਚ ਲੱਗੇ ਕੈਮਰੇ ਤੋੜੇ ਆ। ਕੈਮਰੇ ਤੋੜ ਕੇ ਇਹਨਾਂ ਨੇ ਸਾਡੇ ਨਾਲ ਆ ਵਾਰਦਾਤ ਕੀਤੀ ਹੈ। ਸਾਡੇ ਤਿੰਨੋਂ ਬੰਦੇ ਜ਼ਖਮੀ ਹੈ। 18 ਤਰੀਕ ਤੋਂ ਅਸੀਂ ਚੌਂਕੀ ਥਾਣੇ ਗੇੜੇ ਕੱਟ ਰਹੇ ਹਾਂ। ਕਾਂਗਰਸ ਪਾਰਟੀ ਦੀ ਉਹਨਾਂ ਨੂੰ ਕੋਈ ਸਪੋਰਟ ਕਰ ਰਿਹਾ, ਉਹ ਆਪ ਚਿੱਕਾ ਮਾਰ ਕੇ ਬੋਲਦੀ ਹੈ ਤੁਹਾਡੇ ਤੋਂ ਜੋ ਹੁੰਦਾ ਕਰ ਲਓ, ਮੈਂ ਤੁਸੀਂ ਕਿਤੇ ਵੀ ਚਲ ਜਾਓ, ਤੁਹਾਨੂੰ ਇਨਸਾਫ ਨਹੀਂ ਮਿਲਣਾ। ਹੱਕ ਸਾਡਾ ਉਹਦੇ ਕੋਲ ਆ, ਸਾਰੀ ਕਾਂਗਰਸ ਪਾਰਟੀ ਉਹਦੇ ਕੋਲ ਆ। ਸਾਨੂੰ ਗਰੀਬਾਂ ਨੂੰ ਇਨਸਾਫ ਦਵਾਓ ਜੀ, ਉਹਨੂੰ ਮਹੱਲੇ ਚੋਂ ਬਾਹਰ ਕਢਾਓ। ਰਹਿਣਾ ਨੀ ਚਾਹੀ, ਰਹਿਣੀ ਨੀ ਚਾਹੀਦੀ ਪੂਰੇ ਹੰਸਨਗਰ ਚ। ਅੰਚਰਾ ਤੇ ਉਹਦੇ ਮੁੰਡੇ ਤੇ ਜਿਹੜੇ ਉਹਦੇ ਨਾਲ ਸੀ, ਉਹਨਾਂ ਦੇ ਨਾਲ 4-5 ਗੁਆਂਢੀ ਵੀ ਮਿਲੇ ਹੋਏ ਆ। ਕੀ ਨਾਮ ਉਹਨਾਂ ਦਾ? ਸਰਬੀ ਵਗੈਰਾ ਹੈਗੀਆਂ ਨੇ, ਜਿਹੜੀ ਪਿੱਛੋਂ ਇਨਫੋਰਮੇਸ਼ਨ ਦਿੰਦੀਆਂ ਹੈਗੀਆਂ ਨੇ। ਉਹਨਾਂ ਨੂੰ ਵੀ ਬਾਹਰ ਕੱਢਿਆ ਜਾਵੇ ਮਹੱਲੇ ਚੋਂ। ਅੱਜ ਅਸੀਂ ਵੀਰੇ, ਅਸੀਂ 18 ਤਰੀਕ ਤੋਂ ਥਾਣੇ ਆਉਂਦੇ ਹਾਂ, ਚੌਂਕੀ ਜਾਂਦੇ ਹਾਂ, ਇੱਧਰ ਆ ਰਹੇ ਹਾਂ, ਪਰ ਸਾਡੀ ਕੋਈ ਵੀ ਕਾਰਵਾਈ ਨਹੀਂ ਕਰ ਰਹੀ। ਥਾਣੇ ਵਾਲੇ ਕਹਿੰਦੇ ਤੁਸੀਂ ਥਾਣੇ ਚੱਲੋ, ਅਸੀਂ ਉੱਥੇ ਤੁਹਾਡੀ ਹੋਸਪਿਟਲ ਚੱਲੋ, ਤੁਹਾਡੇ ਬੰਦਿਆਂ ਦੇ ਬਿਆਨ ਲੈਣੇ ਆ। ਪਰ ਜਿਹੜਾ ਬੰਦੇ ਦਾ ਆਪਰੇਸ਼ਨ ਹੋਇਆ ਜੀ, ਤੇ 5 ਲੱਖ ਰੁਪਏ ਇਹਨਾਂ ਨੇ ਮਹੱਲੇ ਵਾਲਿਆਂ ਨੇ ਇਕੱਠਾ ਕਰਕੇ ਲਾਇਆ, ਨਾ ਤਾਂ ਉਹ ਮੁੰਡੇ ਦੇ ਬਿਆਨ ਲਿੱਤੇ ਜਾ ਰਹੇ ਆ, ਨਾ ਉਹਨਾਂ ਤੇ ਪਰਚਾ ਹੋ ਰਿਹਾ। ਅਸੀਂ ਇਕੱਠੇ ਤਾਂ ਹੋਏ ਆ ਉਹਨਾਂ ਸਾਰਾ ਪਰਿਵਾਰਾਂ ਤੇ ਪਰਚਾ ਕੀਤਾ ਜਾਵੇ, ਤੇ ਸਾਡਾ ਇਨਸਾਫ ਸਾਨੂੰ ਦਿੱਤਾ ਜਾਵੇ। ਹਾਂਜੀ ਸਰ, ਕੀ ਨਾ ਤੁਹਾਡਾ, ਕੀ ਮਾਮਲਾ? ਨਛੱਤਰ ਸਿੰਘ ਆਏ ਸੀ ਜੀ। ਕੀ ਮਾਮਲਾ ਜਿਹੜਾ ਹੈ? ਇਹ ਮਾਮਲਾ ਨਾ, ਏ ਸੀ ਗੁਰਸਾਹਿਬ ਸਿੰਘ ਆ, ਉਹਨਾਂ ਕੋਲ ਤਕਰੀਫ ਇਹਨਾਂ ਦੀ। ਅੱਛਾ, ਉਹਨਾਂ ਦੇ ਬਿਆਨ ਅੱਜ ਹਾਈਕੋਰਟ ਗਏ ਹੋਏ ਆ। ਉਹਨਾਂ ਦੇ ਬਿਆਨ ਲਿਖੇ ਹੋਏ ਆ, ਇਹਨੇ ਰੱਟ ਪਾਈ ਹੋਈ ਆ, ਜਿਹੜਾ ਮੈਡੀਕਲ ਦਾ ਲੈ ਕੇ ਪੀਆ ਡਾਇਰੈਕਟ ਤੋਂ ਉਹ ਪਰਚਾ ਜੀ ਕਰਦੇ ਨਹੀਂ। ਵੀ ਇਸ 8 ਦਿਨ ਹੋ ਗਿਆ, 8 ਦਿਨ ਅਜੇ ਤੱਕ ਮਾਮਲਾ ਲਿਖੋ ਜੀ, ਉਹਦੀ ਲਿਖ ਲਈ ਬੈਂਚ ਵਿੱਚ ਨਹੀਂ ਨਹੀਂ 8 ਦਿਨ ਹੋ ਗਏ ਅਜੇ ਤੱਕ ਮਾਮਲਾ ਮੈਂ ਬਿਆਨ ਦਾ, ਤੇ ਮੈਡੀਕਲ ਕੋਰਟ ਦਾ ਆਊ ਫੇਰ ਹੀ ਹੋਣਾ ਪਰਚਾ ਜੀ। ਹਰ ਲਾਈਵ ਦਾ ਮਤਲਬ ਤਮਾਸ਼ਾ ਨਹੀਂ, ਖਬਰ ਦਾ ਮਤਲਬ ਹੈ ਇੱਕ ਭਰੋਸਾ, ਔਰ ਆਪਕਾ ਭਰੋਸਾ ਹਮਾਰੀ ਜ਼ਿੰਮੇਦਾਰੀ ਹੈ।